ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਵਿਸ਼ਾਲ ਤੁਸੀਂ ਦੇਖ ਰਹੇ ਹੋ ट्रैवल ਵਿਦ ਵਿਸ਼ਾਲ ਅੱਜ ਮੈਂ ट्रैवल ਹਿਸਟਰੀ ਬਾਰੇ ਇੱਕ ਥੋੜੀ ਜੀ ਇਨਫੋਰਮੇਸ਼ਨ ਲੈ ਕੇ ਆਇਆ ਜਿਹੜੇ ਮੇਰੇ ਵੀਰਾਂ ਭਰਾਵਾਂ ਦੇ ਕਾਫੀ ਕੁਐਸਚਨ ਆ ਰਹੇ ਸੀ ਕਾਫੀ ਫੋਨ ਕਾਲ ਆਈਆਂ ਵਾ ਜੋ ਮੈਂ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗਾ ਜੇ ਤੁਸੀਂ ਮੇਰੇ ਇਸ ਚੈਨਲ ਦੇ ਉੱਤੇ ਨਵੇਂ ਹੋ ਤਾਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਨਾਲ ਬੈਲ ਆਈਕਨ ਵਾਲਾ ਬਟਨ ਦਬਾਇਆ ਕਰੋ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓ ਤੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕਣ ਆਪਾਂ ਅੱਜ ਗੱਲ ਕਰਦੇ ਆਂ ਟਰੈਵਲ ਹਿਸਟਰੀ ਬਾਰੇ ਟਰੈਵਲ ਹਿਸਟਰੀ ਦੀ ਇਨਫੋਰਮੇਸ਼ਨ ਜਿਹੜੀ ਆ ਮੈਂ ਇਸ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਾਂਗਾ ਟਰੈਵਲ ਹਿਸਟਰੀ ਜਿਹੜੀ ਆ ਕਿਸੇ ਤੁਸੀਂ ਚੰਗੀ ਕੰਟਰੀ ਦੇ ਵਿੱਚ ਜੇ ਵੀਜ਼ਾ ਅਪਲਾਈ ਕਰਨਾ ਟਰੈਵਲ ਹਿਸਟਰੀ ਬਹੁਤ ਜ਼ਰੂਰੀ ਆ ਮੇਰੇ ਕੁਝ ਵੀਰਾਂ ਭਰਾਵਾਂ ਦੇ ਸਵਾਲ ਸੀਗੇ ਭਾਜੀ ਅਸੀਂ ਕਿਹੜੀ-ਕਿਹੜੀ ਕੰਟਰੀ ਦੇ ਵਿੱਚ ਟਰੈਵਲ ਕਰ ਸਕਦੇ ਆ ਕੁਝ ਤਾਂ ਦੋ-ਤਿੰਨ ਕੰਟਰੀਆਂ ਤੋਂ ਮੇਰੇ ਵੀਰ ਭਰਾ ਟਰੈਵਲ ਸੀਗੇ ਤੇ ਕੁਝ ਫਰੈਸ਼ ਹੈਗੇ ਆ ਉਹ ਕਹਿੰਦੇ ਟਰੈਵਲ ਕਰਨਾ ਵਾ ਚਲੋ ਮੈਂ ਤੁਹਾਨੂੰ ਪੰਜ-ਛੇ ਕੰਟਰੀਆਂ ਦੱਸ ਦਿੰਨਾ ਰਸ਼ੀਆ ਯੂਕਰੇਨ ਟਰਕੀ ਅਲਬਾਨੀਆ ਸਰਬੀਆ ਤੇ ਯੂਕਰੇਨ ਠੀਕ ਹੈ ਜੀ ਇਹ 6 ਕੰਟਰੀਆਂ ਆ ਜਿੱਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ ਠੀਕ ਹੈ ਜੀ ਤੇ ਹੁਣ ਮੇਰਾ ਅਗਲਾ ਕੁਐਸਚਨ ਇਹ ਸੀਗਾ ਕਾਫੀ ਕਾਲ ਆ ਰਹੀ ਸੀ ਭਾਜੀ ਮੈਂ ਰਸ਼ੀਆ ਜਾਣਾ ਵਾ ਕੋਈ ਕਹਿੰਦਾ ਮੈਂ ਸਰਬੀਆ ਜਾਣਾ ਮੈਂ ਕੱਲਾ ਵਾਂ ਤੇ ਮੈਨੂੰ ਕੋਈ ਨਾ ਕੋਈ ਭਾਜੀ ਰਸਤਾ ਦੱਸੋ ਜਾਂ ਕੋਈ ਸੇ ਮੁੰਡੇ ਨੇ ਕੋਈ ਨਾਲ ਜਾਣਾ ਤੇ ਮੇਰਾ ਕੋਈ ਕੰਟੈਕਟ ਕੰਟੈਕਟ ਕਰਵਾ ਦਿਓ ਤਾਂ ਇਹ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਵਾ ਵੀ ਜੇ ਮੇਰਾ ਕੋਈ ਵੀਰ ਭਰਾ ਇਕੱਲਾ ਹੈਗਾ ਵਾ ਤੇ ਮੇਰੇ ਕੋਲ ਵੀ ਕੋਈ ਮਿੱਤਰ ਪਿਆਰੇ ਹੈਗੇ ਇਕੱਲੇ ਇਕੱਲੇ ਜਾਣ ਵਾਲੇ ਮੈਂ ਤੁਹਾਨੂੰ ਉਹਨਾਂ ਨਾਲ ਟਕਰਾ ਦਾਂਗਾ ਜਾਂ ਉਹਨਾਂ ਦੇ ਡਾਇਰੈਕਟ ਤੁਹਾਨੂੰ ਨੰਬਰ ਦੇ ਦਾਂਗਾ ਤੁਸੀਂ ਉਹਨਾਂ ਨਾਲ ਗੱਲ ਕਰ ਲਿਓ ਤਾਂ ਕਿ ਤਿੰਨ ਚਾਰ ਜਣਿਆਂ ਦਾ ਟੂਰ ਜਾਂ ਘੱਟੋ ਘੱਟ ਦੋ ਜਣਿਆਂ ਦਾ ਟੂਰ ਆ ਜਿਹੜਾ ਜ਼ਰੂਰ ਬਣ ਜਾਵੇ ਠੀਕ ਹੈ ਤੇ ਇਹ ਟੂਰ ਜਿਹੜਾ ਬਣਾਉਣਾ ਕਦੋਂ ਬਣਾਉਣਾ ਤੁਸੀਂ ਹੁਣ ਸੈਪਟੰਬਰ ਚੱਲ ਰਿਹਾ ਵਾ ਤੁਸੀਂ ਕੋਸ਼ਿਸ਼ ਕਰਨੀ ਇਹਨੂੰ ਨਵੰਬਰ ਦੇ ਫਰਸਟ ਵੀਕ ਦੇ ਵਿੱਚ ਜਿਹੜਾ ਸਟਾਰਟ ਕਰੋ ਜਿਹੜੀਆਂ ਟਿਕਟਾਂ ਦੇ ਜਿਹੜਾ ਨਵੰਬਰ ਦੇ ਵਿੱਚ ਕਾਫੀ ਸਸਤੇ ਆ ਰਹੇ ਆ ਤੇ ਤੁਹਾਨੂੰ ਕਾਫੀ ਚੀਪ ਪਲਾਨ ਪਲੇਜੇਗਾ ਜਿਹੜਾ 1 ਲੱਖ ਰੁਪਏ ਵਾਲਾ ਟੂਰ ਆ ਤੁਹਾਨੂੰ ਅਪਰੋਕਸੀਮੇਟਲੀ 60 ਤੋਂ 70000 ਰੁਪਏ ਦੇ ਵਿੱਚ ਵਿੱਚ ਕਵਰ ਹੋ ਜਾਏਗਾ ਤੁਸੀਂ ਜਿਹੜੀ ਵੀ ਡੇਟ ਪਾਉਣੀ ਨਵੰਬਰ ਦੀ ਹੀ ਪਾਉਣੀ ਹੈ ਇਹਨਾਂ ਮੈਂ ਜ਼ਰੂਰ ਤੁਹਾਨੂੰ ਰეკਮੈਂਡ ਕਰੂੰਗਾ ਬਾਕੀ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਮੈਨੂੰ ਇਹ ਜ਼ਰੂਰ ਦੱਸਿਓ ਵੀ ਤੁਸੀਂ ਕਿੱਥੇ-ਕਿੱਥੇ ਕਿਹੜੀ ਕੰਟਰੀ ਜਾਨਣਾ ਚਾਹੁੰਦੇ ਹੋ ਜਿੱਦਾਂ ਦਾ ਵੀ ਕੋਈ ਮੁੰਡਾ ਹੋਊਗਾ ਜਿੱਥੇ ਵੀ ਜੂ ਜਾਣਾ ਚਾਹੁੰਦਾ ਮੈਂ ਤੁਹਾਨੂੰ ਉਹਨਾਂ ਨਾਲ ਟਕਰਾਵਾ ਦਾਂਗਾ ਤੁਸੀਂ ਉਹਨਾਂ ਨਾਲ ਡਾਇਰੈਕਟ ਕ ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਤੁਸੀਂ ਟਰੈਵਲ ਕਰ ਸਕਦੇ ਆਂ ਕਈ ਮੁੰਡੇ ਕੋਈ ਇਕੱਲਾ ਕਿਤੇ ਆ ਕੋਈ ਕਿਲਾ ਕਿਤੇ ਹੈਗਾ ਉਹ ਆਪਸ ਦੇ ਵਿੱਚ ਉਹਨਾਂ ਦਾ ਕੋਈ ਤਾਲਮੇਲ ਨਹੀਂ ਹੈਗਾ ਨਾ ਕਿਸੇ ਨੂੰ ਜਾਣਦੇ ਆ ਉਹ ਤੋਂ ਇਕੱਲਾ ਕਰਕੇ ਉਹ ਵੀ ਜਾਣ ਤੋਂ ਬੈਠ ਰਹਿੰਦੇ ਦੂਜੇ ਪਾਸੇ ਵਾਲਾ ਵੀ ਜਾਣ ਤੋਂ ਬੈਠ ਰਹਿੰਦਾ ਗਰੁੱਪ ਵਾਈਜ਼ ਤੁਸੀਂ ਜਾਓਗੇ 2-3 ਜਾਣੇ ਜਾਓਗੇ ਤਾਂ ਤੁਹਾਡਾ ਜਿਹੜਾ ਹੋਟਲ ਦਾ ਖਰਚਾ ਡਿਵਾਈਡ ਹੋ ਜਾਏਗਾ ਤੁਹਾਨੂੰ ਕਾਫੀ ਚੀਜ਼ਾਂ ਦੇ ਵਿੱਚ ਕਾਫੀ ਕੰਸੈਸ਼ਨ ਮਿਲ ਜੇਗੀ ਕਿਉਂਕਿ ਹੋਟਲ ਦੇ ਵਿੱਚ ਇੱਕ ਜਣੇ ਦਾ ਵੀ ਖਰਚਾ ਉਹਨਾਂ ਦੇ ਦੋ ਜਣਨ ਦਾ ਵੀ ਖਰਚਾ ਆਉਣਾ ਹੈ ਨਾ ਤੁਹਾਡੇ ਜਿਹੜਾ ਫੰਡਸ ਹੈਗੇ ਉਹ ਡਿਵਾਈਡ ਹੋ ਜਾਣਗੇ ਜੋ ਵੀ ਤੁਹਾਡਾ ਖਰਚਾ ਹੈਗਾ ਵਾ ਤੇ ਇਹ ਸੀ ਇੱਕ ਛੋਟੀ ਜੀ ਵੀਡੀਓ ਬਣਾਉਣ ਦਾ ਮਕਸਦ ਜੇ ਤੁਸੀਂ ਇਸ ਸੰਬੰਧੀ ਕੋਈ ਵੀ ਗੱਲਬਾਤ ਆ ਕੋਈ ਜਾਣਕਾਰੀ ਚਾਹੀਦੀ ਤੁਸੀਂ ਇਸ ਮੇ ਨੰਬਰ ਤੇ ਦਿੱਤੇ ਹੋਏ ਦੇ ਮੈਨੂੰ ਕਾਲ ਕਰ ਸਕਦੇ ਆ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਜ਼ਰੂਰ ਕਰੋ ਵੀ ਤੁਸੀਂ ਕਿਹੜੀ ਕਿਹੜੀ ਕੰਟਰੀ ਤੇ ਜਾਣਾ ਤੇ ਮੇਰੇ ਕੋ ਜਿਹੜੇ ਜਿਹੜੇ ਮੁੰਡੇ ਉਹਨਾਂ ਦੇ ਫੋਨ ਆਏ ਹੈਗੇ ਮੇਰੇ ਕੋ ਬਾਕਾਇਦਾ ਸੇਵ ਕੀਤੇ ਕੋਈ ਰਸ਼ੀਆ ਵਾਲਾ ਕੋਈ ਟਰਕੀ ਵਾਲਾ ਜਿੱਦਾਂ ਜਿੱਦਾਂ ਦੇ ਗਰੁੱਪ ਬਣਦੇ ਮੈਂ ਤੁਹਾਨੂੰ ਬਣਾ ਕੇ ਭੇਜਦਾਗਾ ਜਾਂ ਮੈਂ ਡਾਇਰੈਕਟ ਤੁਹਾਡੇ ਨੰਬਰ ਉਹਨਾਂ ਨੂੰ ਦੇ ਦੂੰਗਾ ਤੇ ਜੇ ਜਿਆਦੇ ਮੁੰਡੇ ਹੋਗੇ ਤਾਂ ਮੈਂ ਕੋਸ਼ਿਸ਼ ਕਰਾਂਗਾ ਮੈਂ ਨਵੰਬਰ ਦੇ ਵਿੱਚ ਤੁਹਾਡੇ ਨਾਲ ਖੁਦ ਟਰੈਵਲ ਕਰਾਂਗਾ ਠੀਕ ਹੈ ਜੀ ਇਹ ਇੱਕ ਛੋਟੀ ਜਿਹੀ ਸੀ ਟਰੈਵਲ ਸਟਰੀ ਬਾਰੇ ਅਪਡੇਟ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਠੀਕ ਹੈ ਜੀ ਇੰਨਾ ਕਹਿੰਦਾ ਤੁਹਾਡੇ ਤੋਂ ਮੈਂ ਇਜਾਜ਼ਤ ਲੈਣਾ ਤੁਹਾਡਾ ਆਪਣਾ ਵਿਸ਼ਾਲ